खबर लेने बटाले तो नजायज संबंधा के चलते शक्की हालत में हुई नौजवान की मौत, परिवारक मैंबर दस रहे ने कतल, पुलिस ने किया केस दर्ज। पिंड कोट मजलिस दे विच एक व्यक्ति हरदीप सिंह जिसकी उम्र 38 साल की दसी जा रही है, मौत शक्की हालातों के दौरान हुई है और मृतक का परिवार इस मौत को नजायज संबंधा के दौरान हत्या दस रहा है। दूजे पासे थाना किला लाल सिंह ने इस मामले विच मृतक परिवार के बयान से मृतक की प्रेमिका बलवीर कौर के खिलाफ मामला दर्ज कर लिया है। मृतक हरदीप सिंह के भरा हरपाल सिंह ने दसिया है कि हरदीप सिंह दे पिंड विच ही गुआंढ विच रहने वाली बलवीर कौर के नाल काफ़ी समय तो नजायज़ संबंध सी, पर परिवार के समझाउण कारण भी हरदीप पिछे नहीं हटिया, पर बलवीर कौर हरदीप का पिछा नहीं सी छड़ रही, जिस कारण पिछले समय तो हरदीप मानसिक तनाव विच रहिंदा सी। कल शामी हरदीप सिंह नू बलवीर कौर ने बुलाया और जदों हरदीप वापस आया तो उसकी हालत काफ़ी खराब सी और जिसनू इलाज लई हॉस्पिटल ले जाया गया, इलाज के दौरान ही उसकी मौत हो गई है। इस संबंध में होर की गलबात हुई है, आओ सुनते हैं। की नाम भाई तुहाडा? मेरा नाम हरपाल सिंह है भाजी। किहड़े पिंड दे रहण वाले? पिंड कोट मजलिस। तो अज किन्हां दी डैथ हुई है? मेरे वड्डे ब्रदर ही हरदीप सिंह। हाँ जी, उन्होंने डैथ हुई है। वो किदा हुई है? सर साढ़े सरीके जो चाची है साड़ी लगती है बलवीर कौर। की नाम है? बलवीर कौर आ, उर्फ वीरी वीरी कहिंदे उहनूं। तो वो नजायज़ संबंध ही वो अपने घर ही उन्होंने रखती, होर किसी नाल नहीं कर दी मेल मिलाप, ही किसी ना नहीं, किसी रिश्तेदार भैन भरा नहीं कर दी। किन्नी देर तो? हाँ जी, किन्नी देर? सर कोई उन्होंने 2 साल तो। अच्छा, 2-3 साल तो चलते। ਉਹ ਸਰ ਉਹਦੀ ਘਰਵਾਲੀ ਨਾਲ ਵੀ ਮਾਰ ਕਟਾਈ ਕਰਾਉਂਦੀ ਸੀ ਆਣ ਕੇ, ਅਤੇ ਕੱਲ੍ਹ ਵੀ ਉਹਦੇ ਕੋਲ ਹੀ ਗਿਆ, ਉਹਨੇ ਆਪਣੇ ਕੋਲੋਂ ਦਵਾਈ ਦਿੱਤੀ ਆ, ਉਹਦੇ ਘਰੋਂ ਖਾ ਕੇ ਆਇਆ ਵਾ ਆਣ ਕੇ, ਅਤੇ ਦੱਸਿਆ ਸਾਨੂੰ ਕਿ ਮੈਂ ਖਾ ਲਈ ਆ ਦਵਾਈ, ਅਤੇ ਕੁਝ ਹੱਥ ਸੀ ਉਹ ਅਸੀਂ ਖੋਹ ਕੇ ਸੁੱਟੀ ਆ ਦਵਾਈ, ਅਤੇ ਗੱਡੀ 'ਚ ਪਾ ਕੇ ਸ਼ਹਿਰ ਲਿਆਂਦਾ ਵਾ, ਇੱਥੇ ਆ ਕੇ ਉਹਦੀ ਡੈਥ ਹੋ ਗਈ ਆ। ਜਿਹੜੀ ਖਾ ਕੇ ਆਇਆ ਸਲਫਾਸ ਉਹਦੇ ਘਰੋਂ ਖਾ ਕੇ ਆਇਆ। ਉਹਦੇ ਘਰੋਂ ਖਾ? ਹਾਂਜੀ। ਕਿੰਨੇ ਬੱਚੇ ਇਹਨਾਂ ਦੇ? ਇਹ ਸਰ 2 ਬੇਟੇ ਇਹਦੇ। ਕਿੰਨੇ ਸਾਲ ਦੇ? ਸਰ ਇੱਕ ਹੈਗਾ ਆ 14 ਸਾਲ ਦਾ ਅਤੇ ਇੱਕ 15 ਸਾਲਾਂ 16 ਦਾ। ਅਤੇ ਕਾਰੋਬਾਰ ਕੀ ਹੈਗਾ ਜੀ ਇਹਨਾਂ ਦਾ? ਸਰ ਖੇਤੀਬਾੜੀ ਦਾ ਹੀ ਕਾਰੋਬਾਰ ਕਰਦੇ, ਨਾਲ ਗੱਡੀ ਰੱਖੀ ਟੈਕਸੀ ਉਹ ਚਲਾਉਂਦੇ। ਅਤੇ ਜਿਹੜੀ ਉਹ ਲੇਡੀਜ਼ ਦਾ ਨਾਂ ਤੁਸੀਂ ਲੈ ਰਹੇ ਹੋ, ਕੁਲਵੀਰ ਕੌਰ ਦਾ? ਬਲਵੀਰ ਕੌਰ। ਬਲਵੀਰ ਕੌਰ ਦਾ? ਹਾਂਜੀ। ਉਹ ਮੈਰਿਡ ਹੈਗਾ ਨਾ? ਮੈਰਿਡ? ਸਰ ਮੈਰਿਡ ਆ, ਉਹਨਾਂ ਦੀਆਂ 2 ਬੇਟੀਆਂ ਵਿਆਹੀਆਂ ਵਾ ਉਹਦੀਆਂ, ਇੱਕ ਬੇਟਾ ਆ ਅਤੇ ਇੱਕ ਛੋਟੀ ਬੇਟੀ ਆ। ਉਹ ਕਿਤੋਂ ਨੇ? ਹਾਂਜੀ, ਥਾਣੇ ਕੀਤੀ ਕੰਪਲੇਂਟ? ਹਾਂਜੀ ਸਰ, SHO ਸਾਹਿਬ ਨੂੰ ਕੰਪਲੇਂਟ ਕੀਤੀ ਹੋਈ। ਕਿਹੜੇ ਥਾਣੇ? ਕਿਲਾ ਲਾਲ ਸਿੰਘ। ਕਿੰਨੇ ਕੁ ਵਜੇ ਦੀ ਘਟਨਾ? ਇਹ ਸਰ ਕੱਲ੍ਹ ਕੋਈ ਸ਼ਾਮੀ 7 ਵਜੇ ਦਵਾਈ ਖਾਧੀ ਉਹਨੇ, ਜਿਹੜੀ ਉੱਥੋਂ ਖਾ ਕੇ ਆਇਆ ਨਾ, 7 ਵਜੇ ਅਸੀਂ ਖੋ ਕੇ ਸੁੱਤੀ ਜਿਹੜੀ। 6 ਵਜੇ ਡੈਥ ਹੋ ਗਈ? ਹਾਂਜੀ, ਅਤੇ ਸਵੇਰੇ 6 ਵਜੇ ਡੈਥ ਹੋ ਗਈ। ਇੱਥੇ ਕੱਲ੍ਹ ਲੈ ਗਿਆ ਤੁਸੀਂ ਪਹਿਲਾਂ? ਹਾਂਜੀ। ਕੱਲ੍ਹ ਇੱਥੇ ਲਿਆਂਦਾ ਫਿਰ? ਨਹੀਂ ਨਹੀਂ ਸਰ, ਉੱਥੇ ਖੜਿਆ ਗਾ ਹੋਸਪਿਟਲ ਸਾਰੇ ਬੰਦ ਸੀ, 7 ਸਰ ਖੜਿਆ, ਫਿਰ ਅੰਮ੍ਰਿਤਸਰ ਰੈਫਰ ਕਰਤਾ ਉਹਨਾਂ। ਡੈਥ ਅੰਮ੍ਰਿਤਸਰ ਹੋਈ? ਹਾਂਜੀ ਸਰ, ਅੰਮ੍ਰਿਤਸਰ ਹੋਈ। ਉਹਦੇ ਘਰ ਵਾਲਿਆਂ ਨੂੰ ਪਤਾ ਸਰ? ਉਹਦੀ ਬਿਲਕੁਲ ਹੋਸ਼ ਦੇ, ਉਹਦੀ ਸਭ ਰਜਾਬੰਦੀ ਨਾਲ ਕੰਮ ਹੁੰਦਾ, ਉਹ ਨਾਲ ਕਰਵਾਉਂਦਾ, ਖੁਦ ਆਪਣੀ ਘਰਵਾਲੀ ਨੂੰ ਇਹਦੇ ਘਰ ਭੇਜਦਾ ਹੁੰਦਾ ਸੀ। ਪਿੰਡ ਕੋਟਮਲ ਦੀ ਗੱਲ ਆ ਜੀ, ਹਰਦੀਪ ਸਿੰਘ ਦਾ ਆਪਣੇ ਗੁਆਂਢ ਨਾਲ ਬਲਬੀਰ ਕੌਰ ਨਾਲ ਲਵ ਫਿਰ ਚੱਲਦਾ ਸੀ, ਘਰਵਾਲੀ ਨੂੰ ਪਤਾ ਲੱਗ ਗਿਆ, ਉਹਨੇ ਜਾਣਾ ਬੰਦ ਕਰਤਾ, ਅਤੇ ਗੁਆਂਢ ਨੇ ਧਮਕੀਆਂ ਸ਼ੁਰੂ ਕਰਤੀਆਂ, ਧਮਕੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕਰ ਲਈ। ਹਾਂਜੀ, ਧਮਕੀਆਂ ਤੋਂ ਤੰਗ ਆ ਕੇ ਇਹਨੇ ਖੁਦਕੁਸ਼ੀ ਕਰ ਲਈ ਆ ਖਾ ਕੇ, ਜਿਹੜੀ ਜੀ ਕਰ। ਨਹੀਂ, ਇਹਨੇ ਕਿੱਦਾਂ ਕੁਛ ਕੁਛ ਕੀਤੀ ਹੈ? ਜਿਹੜੀ ਜੀ ਖਾਧੀ ਕੋਈ, ਜਾਂ ਫੁੱਟਮਾਰ ਪਾ ਲੱਗੂ, ਯਾਨੀ ਕਿ ਜ਼ਹਿਰੀਲੀ ਚੀਜ਼ ਖਾਧੀ ਹੈ? ਹਾਂਜੀ ਹਾਂਜੀ। ਅਤੇ ਇਹਦੇ ਵਿੱਚ ਤੁਸੀਂ ਕਿਹੜੀ ਮਲਕੀ ਫੈਂਸ ਲਾ ਰਹੇ ਹੋ? 300 CIPC ਸਰ ਮਕਾਨ ਦਾ ਦਰਜ ਕੀਤਾ ਜੀ। ਕਿਹੜੇ ਥਾਣੇ 'ਚ? ਥਾਣਾ ਕਿਲਾ ਲਾਲ ਸਿੰਘ। ਕਿੰਨੀ ਕੁ ਉਮਰ ਸੀ ਜਿਹਨੇ, ਜਿਹੜੀ ਲੇਡੀ ਸੀਗੀ ਜਿਹਦੇ ਕਾਰਨ ਉਹਨੇ ਦਵਾਈ ਖਾਧੀ ਹੈ? ਉਹ ਵੀ 50 ਸਾਲ ਦੇ ਕਰੀਬ। 50 ਸਾਲ ਦੇ ਕਰੀਬ? ਇਹਦੀ ਉਮਰ ਕਿੰਨੀ ਕੁ? ਇਹ 42-43 ਸਾਲ। ਬਟਾਲੇ ਤੋਂ ਸੁਖਦੇਵ ਰੰਧਾਵਾ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ,
कब्ज़ तो छुटकारा पाने लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।